ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਸਰ ਤੁਸੀਂ ਇੱਥੇ ਏਰੀਏ ਦੇ ਕੌਂਸਲਰ, ਮੰਨ ਲਓ ਇੱਕ ਵੱਡਾ ਹਾਦਸਾ ਹੋਇਆ, ਨੌਜਵਾਨ ਮੂਲੇ ਕਨੇਡਾ ਦੇ ਵਿੱਚ ਮੌਤ ਹੋਈ, ਤੁਹਾਨੂੰ ਲੱਗ ਰਿਹਾ ਕੀ? ਤੁਹਾਨੂੰ ਇੱਕ ਬਹੁਤ ਦੁੱਖ ਵੱਡੀ ਦੁਖਦਾਈ ਘਟਨਾ ਹੈ ਕਿ ਨੌਜਵਾਨ ਬੱਚਾ ਜਿਹੜਾ ਹੁਣੇ ਹੁਣੇ ਸ਼ਾਦੀ ਕਰਾ ਕੇ ਵਾਪਸ ਗਿਆ ਸੀ, ਉਹਨੇ ਜਾ ਕੇ ਬੜੇ ਆਪਣੇ ਸੁਪਨੇ ਸਿਰਜੇ ਸੀ ਜਿਹਨਾਂ ਨੂੰ ਪੂਰਾ ਕਰਨ ਲਈ ਗਿਆ। ਉਹ ਹਾਲੇ ਇੱਕ ਮਹੀਨਾ ਹੋਇਆ ਇਹਨੂੰ ਇੱਥੋਂ ਵਾਪਸ ਗਏ ਨੂੰ, ਅਤੇ ਉਹ ਕਨੇਡਾ ਡੇ ਦੇ ਜਸ਼ਨ ਮਨਾਉਂਦੇ ਹੋਏ ਸਾਰੇ ਪਰਿਵਾਰ ਉੱਥੇ ਹੋਰ ਗਏ ਸੀ, ਅਤੇ ਇਹ ਬੀਚ ਕਿਤੇ ਅੰਦਰ ਚਲਾ ਗਿਆ, ਉੱਥੇ ਇਹਦੇ ਨਾਲ ਇਹ ਘਟਨਾ ਵਾਪਰ ਗਈ। ਹਾਲੇ ਅਸਲੀਅਤ ਸਾਨੂੰ ਪੂਰਾ ਪਤਾ ਨਹੀਂ ਲੱਗਿਆ ਕੀ ਹੋਈ ਹੈ, ਅਤੇ ਉੱਥੋਂ ਫੋਨ ਆਇਆ ਕਿ ਉਸਦੀ ਡੈਥ ਹੋ ਗਈ ਹੈ, ਪਰ ਅਸੀਂ ਚਾਹੁੰਦੇ ਵੀ ਇਹਦੇ ਪੂਰੀ ਉੱਥੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕਿਵੇਂ ਇਹ ਘਟਨਾ ਵਾਪਰੀ। ਹੋਰ ਵੀ ਉੱਥੇ ਬੱਚੇ ਗਏ ਸੀ, ਇਹ ਨਹੀਂ ਕੋਈ ਸਮੁੰਦਰ ਛਲ ਨਾਲ ਲੱਗੀ, ਇਹ ਉੱਥੇ ਗਿਆ ਅਤੇ ਪਾਣੀ ਦੇ ਝੀਲ ਦੇ ਵਿੱਚ ਗਿਆ ਅਤੇ ਨਹਾਉਂਦੇ ਹੋਏ ਨਾਲ ਐਡੀ ਵੱਡੀ ਘਟਨਾ ਵਾਪਰਨੀ ਬੜੀ ਅਸੰਭਵ ਜਿਹੀ ਗੱਲ ਹੁੰਦੀ ਹੈ, ਕਿਉਂਕਿ ਜਾਂ ਤਾਂ ਹੋਵੇ ਸਮੁੰਦਰ ਦੀ ਛਲ ਕੋਈ ਨਾਲ ਲੱਗੀ, ਪਤਾ ਨਾ ਲੱਗੇ ਉੱਥੇ ਨਾਲ ਹੋਰ ਲੋਕ ਜਿਨ੍ਹਾਂ ਨੇ ਤੁਰੰਤ ਉਹਨੂੰ ਉੱਥੇ ਬਾਹਰ ਕੱਢ ਲਿਆ, ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਪੂਰਾ ਜਾਂਚ ਹੋ ਕੇ ਪਤਾ ਲੱਗਣਾ ਚਾਹੀਦਾ ਕਿਵੇਂ ਡੈਥ ਹੋਈ ਬੰਦੇ ਦੀ, ਅਸਲੀਅਤ ਕੀ ਹੈ। ਠੀਕ, ਨਹੀਂ ਪਤਾ ਕਿ ਹੋਰ ਵੀ ਤਾਂ ਬੱਚੇ ਸੀਗੇ ਲੋਕਾਂ ਦੇ, ਉਹਨਾਂ ਨਾਲ ਨਹੀਂ ਕਿਸ ਨਾਲ ਹੋਇਆ, ਸਾਡੇ ਬੱਚੇ ਨਾਲ ਕਿਉਂ ਹੋਇਆ? ਅੱਗੇ ਵੀ ਜਾਂਦੇ ਹੈ ਸਾਰੇ ਬੱਚੇ, ਫਰੈਂਡ ਸਾਰੇ ਜਾ ਰਹੀ ਸੀ ਉਹਦੇ ਨਾਲ, ਬਾਕੀ ਹੁਣ ਉਹਨਾਂ ਕੀ ਪਤਾ ਸੀ ਕਿ ਜੋ ਵੀ ਹੈ ਸਾਨੂੰ ਸੱਚ ਦਾ ਪਤਾ ਲੱਗੇ ਘੱਟੋ ਘੱਟ, ਹੋਰ ਤਾਂ ਕੁਛ ਨਹੀਂ। ਕਿੰਨੇ ਕੁ ਪਾਣੀ, ਕਿੰਨੇ ਪਾਣੀ ਸੀ, ਕੀ ਸੀ, ਕੌਣ ਸੀ ਨਾਲ, ਕਿੰਨੇ ਟਾਈਮ ਕਹਿ ਤਾਂ ਰਹੇ ਹਾਂ ਕਿ ਹਾਂ ਇਕੱਲਾ ਗਿਆ ਅੱਗੇ, ਇਕੱਲਾ ਤਾਂ ਨਹੀਂ ਜਾਣੇ ਵਾਲਾ ਹੈਗਾ ਸੀ, ਇੰਨੀ ਅਣਖ ਤਾਂ ਨਹੀਂ ਸੀ ਕਿ ਹਾਂ ਜਾ ਕੇ ਹੱਥ ਲਾਇਆ ਵਾ ਮੈਂ ਜਾਇਆ ਵਾ ਅੰਦਰ, ਮੈਂ ਜਦੋਂ ਨਹੀਂ ਸੀ। ਕਨੇਡਾ ਦੀ ਗੱਲ ਹੈ ਜੀ, ਕਨੇਡਾ ਗਿਆ ਸੀ ਬੇਟਾ, ਹੁਣੇ ਮੈਰਿਜ ਕੀਤੀ ਆਪਾਂ ਨੇ, ਅਤੇ ਮੈਰਿਜ ਤੋਂ ਬਾਅਦ ਹੁਣ ਮੈਰਿਜ ਨੂੰ 3 ਮਹੀਨੇ ਹੋ ਗਏ ਜੀ, ਅਤੇ ਹੁਣ ਪਿਛਲੀ 28 ਤਰੀਕ ਨੂੰ ਉਹਦੀ ਫਲੈਟ ਸੀਗੀ, ਅਤੇ ਉਹ ਹੁਣੇ ਪਹੁੰਚੇ ਹੀ ਆ ਇੱਥੇ। ਹਾਂਜੀ, ਕੀ ਹੋਇਆ? ਉਹ ਸਾਨੂੰ ਸਵੇਰੇ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਨਾ ਉੱਥੇ ਜੀ, ਉਹਨਾਂ ਦੇ ਅੰਕਲ ਦਾ ਹੀ ਫੋਨ ਆਇਆ ਉਹਨਾਂ ਦਾ, ਬਜ਼ੁਰਗਾਂ ਦਾ, ਉਹ ਕਹਿੰਦੇ ਵੀ ਇਸ ਤਰ੍ਹਾਂ ਸੀ, ਕੱਲ੍ਹ ਉੱਥੇ ਕੈਨੇਡਾ ਡੇ ਸੀਗਾ, ਅਤੇ ਕੱਲ੍ਹ ਅਸੀਂ ਕੈਨੇਡਾ ਡੇ ਉੱਥੇ ਗਏ ਸੀਗੇ, ਅਤੇ ਸਾਰੇ ਬੀਚ ਦੇ ਉੱਪਰ, ਅਤੇ ਉੱਥੇ ਘੁੰਮ ਵੀ ਉਹ ਬੱਚਾ ਨਾਲ ਸੀ ਸਾਡੇ, ਅਤੇ ਘੁੰਮਦੇ ਰਹੇ ਸੀ, ਉਹ ਅੰਦਰੋਂ ਕਿਤੇ ਕਹਿੰਦੇ ਪਾਣੀ 'ਚ ਡੂੰਘੇ ਚਲਾ ਗਿਆ, ਅਤੇ ਉੱਥੇ ਡੈਥ ਹੋ ਗਈ। ਹੁਣ ਅਜੇ ਤਾਂ ਉਹਨਾਂ ਦਾ ਪਤਾ ਹੀ ਨਹੀਂ ਸਾਨੂੰ, ਕੈਨੇਡਾ ਦਾ ਹੈ ਕੀ ਰੋਲ, ਕੀ ਨਹੀਂ ਕੀ ਨਹੀਂ ਆ, ਹੁਣ ਅਸੀਂ ਆਪਣੇ ਵੱਲੋਂ ਤਾਂ ਦੇਖਦੇ ਹਾਂ ਵੀ ਕਿੱਦਾਂ ਕਰੀਏ, ਕਿਸ ਤਰ੍ਹਾਂ ਸਾਨੂੰ ਲੈਣਾ ਪਏਗਾ ਉਹਨੂੰ, ਅਤੇ ਲਿਆਉਣਾ ਚਾਹੀਦਾ। ਫੈਮਿਲੀ ਮੈਂਬਰ ਮਦਰ ਹੈ, ਮਦਰ ਹੈ, ਇੱਕ ਮਦਰ ਹੈ, ਇੱਕ ਮਦਰ ਹੈ, ਇੱਕ ਬ੍ਰਦਰ ਹੈ, ਇੱਕ ਸਿਸਟਰ ਹੈ, ਆਪ ਵੀ ਮੈਰਿਡ ਸੀਗਾ ਹੁਣ। ਹਾਂਜੀ, ਮੈਂ ਤਾਇਆ ਜੀ ਲੱਗਦਾ ਜੀ। ਦੇਖੋ ਜੇ ਬੱਚਾ ਹੁਣ ਗਿਆ ਜੀ, ਉਹਦੀ ਜਾਂਚ ਤਾਂ ਬਹੁਤ ਜ਼ਰੂਰੀ, ਹੋਰ ਵੀ ਕਾਫੀ ਲੋਕ ਇੱਥੇ, ਹੋਰ ਵੀ ਕਾਫੀ ਲੋਕ। Subscribe our channel for more updates. You can follow us Twitter and Facebook.